कोरोना काल ਦੇ ਦੌਰਾਨ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਲੋਕਾਂ ਦੇ ਭਲੇ ਲਈ ਉਥੇ ਇੱਕ ਸ਼ਖਸੀਅਤ ਨਾਲ ਤੁਹਾਨੂੰ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਲੋਕਾਂ ਨੂੰ ਮਯੂਸੀ ਤੋਂ ਪਛਾਣ ਵਾਸਤੇ ਲੋਕਾਂ ਦਾ ਫੇਸਬੁਕ ਤੇ ਜ਼ਰੀਏ ਮਨੋਰੰਜਨ ਕੀਤਾ ਮਰਹੂਮ ਮਹਿਮਦ ਅਫੀਦ ਦੇ دیਵਾਨੇ ਰਾਜੇਸ਼ ਪਗਤ ਨਾਲ ਮਿਲਣ ਜਾ ਰਹੇ ਹਾਂ ਪਗਤ ਜੀ ਤੁਹਾਡਾ ਸਵਾਗਤ ਹੈ ਦੈਣੀ ਸਵੇਰਾ ਟੀਵੀ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਜਿਹੜਾ ਕਰੋਨਾ ਕਾਲ ਦੇ ਦੌਰਾਨ ਤੁਸੀਂ ਫੇਸਬੁੱਕ ਤੇ ਲਾਈਵ ਹੋਣ ਦਾ ਪ੍ਰੋਗਰਾਮ ਜਿਹੜਾ ਤੁਸੀਂ ਉਲੀਕਿਆ ਸੀ ਉਹ ਕਿੱਥੋਂ ਦਿਮਾਗ ਵਿੱਚ ਆਇਆ ਮੈਂ ਸਰ ਬੇਸਿਕਲੀ ਮੈਂ ਸਿੰਗਰ ਹਾਂ ਮੈਂ ਅ ਸ਼ੁਰੂ ਤੋਂ ਸਾਡਾ ਇਹ ਰਹਿੰਦਾ ਸੀ ਕਿ ਅ ਅਸੀਂ ਨਾਰਮਲੀ ਟੀਵੀ ਦੀ ਰਿਕਾਰਡਿੰਗ ਆ ਜਾਂ ਚੈਨਲਸ ਦੀ ਰਿਕਾਰਡਿੰਗ ਕਰਦੇ ਸੀ ਸ਼ੋਜ਼ ਕਰਦੇ ਸੀ ਔਰ ਲਾਕਡਾਊਨ ਦੇ ਦੌਰਾਨ ਜਦੋਂ ਮੈਂ ਦੇਖਿਆ ਕਿ ਹੁਣ ਬਹੁਤ ਟਾਈਮ ਹੈ ਘਰ ਬੇਚਰਣ ਕਰਕੇ ਔਰ ਬਹੁਤ ਸਾਰੀ ਪਬਲਿਕ ਵੀ ਲੋਕ ਵੀ ਜਿਹੜੇ ਨੇ ਉਹ ਘਰਾਂ ਵਿੱਚ ਬੈਠੇ ਨੇ ਲਾਕਡਾਊਨ ਦੇ ਦੌਰਾਨ ਔਰ ਮੈਨੂੰ ਇਹ ਲੱਗਾ ਕਿ ਬਹੁਤ ਸਾਰਾ ਮਨਾਂ ਦੇ ਵਿੱਚ ਖੌਫ ਹੈ 네ਗੇਟਿਵ ਥਿੰਕਿੰਗ ਚੱਲ ਰਹੀ ਹੈ ਟੀਵੀ ਚੈਨਲਾਂ ਤੇ ਇਨਰੈਕਟ ਨਿਊਜ਼ ਚੱਲ ਰਹੀਆਂ ਇੰਨੇ ਮਰਗੇ ਇੰਨੇ ਇਨਫੈਕਟ ਹੋ ਗਏ ਤੇ ਮੈਨੂੰ ਇਹ ਲੱਗਾ ਕਿ ਮੈਂ ਵੀ ਆਪਣੇ ਤਰੀਕੇ ਨਾਲ ਮੈਂ ਕੁਝ ਜੋ ਸੇਵਾ ਕਰ ਸਕਾਂ ਮੈਨੂੰ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਡਾਕਟਰਸ ਪੁਲਿਸ ਵਾਲੇ ਸਫਾਈ ਕਰਮੀ মিডিਆ ਕਰਮੀ ਸਾਰੇ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਹੇ ਨੇ ਹਰ ਚੀਜ਼ ਦੇ ਵਿੱਚ ਔਰ ਮੈਨੂੰ ਲੱਗਾ ਕਿ ਅਸੀਂ ਕਲਾਕਾਰ ਲੋਕਾਂ ਤੇ ਅਸੀਂ ਕਲਾਕਾਰਾਂ ਨੂੰ ਸਾਨੂੰ ਵੀ ਆਪਣੇ ਤਰੀਕੇ ਨਾਲ ਜੋ ਅਸੀਂ ਕਰ ਸਕਦੇ ਹਾਂ ਕੋਈ ਰਾਸ਼ਨ ਵੰਡਦਾ ਪਰ ਅਸੀਂ ਆਪਣੇ ਕਲਾ ਦੇ ਨਾਲ ਲੋਕਾਂ ਦਾ ਮਨੋਰੰਜਨ ਕਰੀਏ ਜਿਹਦੇ ਨਾਲ ਕਿ ਸਾਡੀ ਜਿਹੜੀ ਮਿਊਜ਼ਿਕ ਜਿਹੜਾ ਇੱਕ ਮੈਡੀਟੇਸ਼ਨ ਦਾ ਕੰਮ ਕਰਦਾ ਇੱਕ ਮਰਮ ਦਾ ਕੰਮ ਕਰਦਾ ਤੇ ਉਹਦੇ ਨਾਲ ਜੇ ਕੋਈ ਡਿਪਰੈਸ ਲੋਕ ਆਪਣੇ ਘਰਾਂ ਚ ਬੈਠੇ ਉਹ ਡਿਪਰੈਸ਼ਨ ਚੋਂ ਬਾਹਰ ਆਉਣ ਉਹਨਾਂ ਨੂੰ ਖੁਸ਼ੀ ਮਿਲੇ ਔਰ ਇਸ ਚੀਜ਼ ਦੀ ਮੈਨੂੰ ਖੁਸ਼ੀ ਹੋਏਗੀ ਔਰ ਮੈਂ ਸ਼ੁਰੂ ਕੀਤਾ ਸਰ 28 ਮਾਰਚ ਤੋਂ ਔਰ ਜਦੋਂ ਮੈਂ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਇੰਡੀਆ ਹੀ ਨਹੀਂ ਦੂਸਰੇ ਕੰਟਰੀਜ਼ ਦੇ ਵਿੱਚ ਵੀ ਕੈਨੇਡਾ ਅਮਰੀਕਾ ਇੰਗਲੈਂਡ ਹੋਰ ਬਹੁਤ ਸਾਰੇ ਕੰਟਰੀ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਨੇ ਲਾਈਵ ਜੁੜਨਾ ਸ਼ੁਰੂ ਕੀਤਾ ਉਹਦਾ ਰਿਸਪੌਂਸ ਬੜਾ ਅੱਛਾ ਆ ਲੋਕਾਂ ਦੇ ਕਮੈਂਟਸ ਆਉਂਦੇ ਨੇ ਲੋਕੀ ਲਾਈਵ ਸੁਣਦੇ ਨੇ ਉਸਨਾਂ ਵੱਲ ਫੋਨ ਕਰ ਲਾਂਦੀਆਂ ਨੇ ਔਰ ਮੈਂ ਤਕਰੀਬਨ ਮੈਨੂੰ ਅੱਜ 120 ਦਿਨ ਹੋ ਗਏ ਨੇ ਜੀ ਇਹ ਕਰਦਿਆਂ ਔਰ ਮੈਂ 600 ਦੇ ਆਸ-ਪਾਸ ਰਫੀ ਸਾਹਿਬ ਦੇ ਮੈਂ ਗਾਣੇ ਗਾ ਦਿੱਤੇ ਨੇ ਸੰਗੀਤ ਦੀ ਤਾਲੀਮ ਜਿਹੜੀ ਹੋ ਕਿ ਤੂੰ ਹਾਸਲ ਕੀਤੀ ਮੈਂ ਸਰ ਕਲਾਸਿਕਲ 뮤జిక్ ਮੈਂ ਪੰਡਿਤ ਰਹੀਤਾਸ਼ ਬਾਲੀ ਬ্লাইন্ডਸ ਹਨ ਅਮਰਸਰ ਦੇ ਅਮਰਸਰ ਨੇ ਅੱਜਕੱਲ ਉਹਨਾਂ ਕੋ ਮੈਂ ਸੰਗੀਤ ਦੀ ਵਿੱਦਿਆ ਹਾਸਲ ਕੀਤੀ ਔਰ ਪਹਿਲਾਂ ਸਕੂਲ ਲੈਵਲ ਤੇ ਬਾਲ ਸਭਾ ਦੇ ਵਿੱਚ ਗਾਉਂਦੇ ਸੀ ਕਾਲਜ ਲੈਵਲ ਤੇ ਕੰਪੀਟੀਸ਼ਨ ਉਹਦੇ ਵਿੱਚ ਫਿਰ ਸਿੱਖ ਕੇ ਮੈਂ ਕਲਾਸਿਕਲ ਫਿਰ ਮੈਂ ਪਰਫਾਰਮ ਕਰਦਾ ਰਿਹਾ ਫਿਰ ਮੈਂ ਲਾਈਟ ਵੱਲ ਨੂੰ ਮੂਵ ਕੀਤਾ ਜਦੋਂ ਮੈਂ ਲਾਈਟ ਵੱਲ ਨੂੰ ਮੂਵ ਕੀਤਾ ਤੇ ਮੇਰੀ ਕੁਝ ਪਰਸਨੈਲਿਟੀ ਇਸ ਤਰ੍ਹਾਂ ਦੀ ਸੀ ਕਿ ਰਫੀ ਸਾਹਿਬ ਦੇ ਮੈਂ ਗਾਣੇ ਜਦੋਂ ਗਾਉਂਦਾ ਸੀ ਤੇ ਮੈਨੂੰ ਸੂਟ ਕਰਦੇ ਸੀ ਤੇ ਜਿਆਦਾ ਪਬਲਿਕ ਦੀ ਡਿਮਾਂਡ ਜਾਂਦੀ ਸੀ ਕਿ ਰਫੀ ਸਾਹਿਬ ਨੂੰ ਗਾਓ ਤੇ ਫਿਰ ਮੈਂ ਮੇਰੇ ਆਪਣੇ ਘਟ ਲੋਕ ਸੁਣਦੇ ਸੀ ਜਿਦਾਂ ਰਫੀ ਸਾਹਿਬ ਦੇ ਸੁਣਦੇ ਸੀ ਇਸ ਕਰਕੇ ਮੈਂ ਹੁਣ ਮੈਂ ਮੋਸਟਲੀ ਮੈਂ ਰਫੀ ਸਾਹਿਬ ਨੂੰ ਫੋਲੋ ਕਰਦਾ ਉਹਨਾਂ ਨੂੰ ਹੀ ਗਾਉਂਦਾ ਮੈਂ ਸੁਰਾਂ ਦੇ ਸ਼ਾਇਦ ਅੱਖਾਂ ਗਿਆ ਮਮ ਰਫੀ ਸਾਹਿਬ ਨੂੰ ਉਹਨਾਂ ਦੀ ਹੀ ਕਿ ਉਹ ਦੀ ਮਾਨਗੀ ਹੈ ਨਹੀਂ ਸਰ ਮੇਰੇ ਫਾਦਰ ਸਾਹਿਬ ਉਹਨਾਂ ਦੇ ਬਹੁਤ ਫੈਨ ਸੀ ਬਚਪਨ ਦੇ ਵਿੱਚ ਅਸੀਂ ਰੇਡੀਓ ਸੁਣਦੇ ਸੀ ਰੇਡੀਓ ਤੇ ਜਿੰਨੇ ਫਰਮੈਸ਼ੀ ਪ੍ਰੋਗਰਾਮਾਂ ਤੇ ਉਹਨਾਂ ਸਭ ਤੋਂ ਜ਼ਿਆਦਾ 80% ਦਾ ਰਫੀ ਸਾਬ ਦੇ ਗਾਣੇ ਆਉਂਦੇ ਸੀ ਪੰਜਾਬੀ ਫਿਲਮਾਂ ਦੇ ਵੀ ਹਿੰਦੀ ਵੀ ਔਰ ਉਹਦੇ ਵਿੱਚ ਏਸੀ ਕੇ ਰਫੀ ਸਾਬ ਦੇ ਗਾਣੇ ਸੁਣਦਿਆਂ ਸੁਣਦਿਆਂ ਮਤਲਬ ਮੈਨੂੰ ਇਹ ਅਟਰੈਕਟ ਕਰਦੀ ਸੀ ਆਵਾਜ਼ ਕਿਉਂਕਿ ਰਫੀ ਸਾਬ ਦੇ ਗਾਣੇ ਜਿਹੜੇ ਆ ਮੇਰੇ ਮਾਮਾ ਜੀ ਸੀ ਉਹ ਵੀ ਆਉਂਦੇ ਸੀ ਉਹ ਬੜਾ ਪਸੰਦ ਕਰਦੇ ਸੀ ਉਹਨਾਂ ਨੂੰ ਫਾਦਰ ਸਾਹਿਬ ਤੇ ਕਰਦੇ ਸੀ ਤੇ ਉਹ ਬਸ ਮੈਨੂੰ ਉਹਨਾਂ ਦੀ ਆਵਾਜ਼ ਨੇ ਇੰਨਾ ਅਟਰੈਕਟ ਕੀਤਾ ਕਿ ਮੈਂ ਉਹਨਾਂ ਦਾ ਗਾਣਾ ਸੁਣ ਕੇ ਮੈਂ ਉਹਨਾਂ ਵੱਲ ਖਾਸ ਖਿੱਚਿਆ ਜਾਂਦਾ ਸੀ ਫਿਰ ਮੈਂ ਗਾਣੇ ਸੁਣਦਿਆਂ ਸੁਣਦਿਆਂ ਨਾਲ ਲਿਖਣਾ ਗਾਣੇ ਨੂੰ ਲਿਖ ਕੇ ਗਾਣਾ ਪੂਰਾ ਯਾਦ ਕਰਨਾ ਔਰ ਫਿਰ ਇੰਨੀ ਪ੍ਰੈਕਟਿਸ ਹੋ ਗਈ ਕਿ ਇੱਕ ਵਾਰੀ ਗਾਣਾ ਸੁਣਨਾ ਯਾਦ ਹੋ ਜਾਣਾ ਮੈਨੂੰ ਫਿਰ ਉਸ ਸੈਂਕੜੇ ਗਾਣੇ ਮੈਨੂੰ ਯਾਦ ਹੋ ਗਏ ਸੀ ਔਰ ਮੈਂ ਉਸ ਤਰਫੀ ਸਾਹਿਬ ਨੂੰ ਸੁਣਦਿਆਂ ਲੱਗਰ ਮਿਲ ਹੀ ਪਈਏ ਜੀ 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 ਤੇ ਸਾਰਾ ਤਿਆਰ ਕੀਤਾ ਹੈ ਆਪਣਾ ਇੱਥੇ ਸਟੂਡੀਓ ਉਸ ਵਿੱਚ ਦੇਖਣ ਵਿੱਚ ਆਇਆ ਤੁਸੀਂ ਮੋਮਰ ਰਫੀ ਸਾਹਿਬ ਨਾਲ ਜਿਹੜੇ ਸੰਬੰਧਿਤ ਸਾਰਾ ਆਡੀਓ ਰਿਕਾਰਡ ਜਿਹੜਾ ਕਾਫੀ ਦੁਰਲਭ ਆਡੀਓ ਰਿਕਾਰਡ ਹੈ ਜਿਹੜਾ ਕਾਫੀ ਕਿਤੇ ਮਿਲਦਾ ਨਹੀਂ ਹੁਣ ਉਹ ਸਾਮ ਸੰਭਾਲ ਕੇ ਰੱਖਿਆ ਹੋਇਆ ਜੀ ਮੈਨੂੰ ਸ਼ੌਕ ਸੀ ਰਫੀ ਸਾਹਿਬ ਦੇ ਮਰੀਦ ਹੋਣ ਕਰਕੇ ਫਿਰ ਮੈਂ ਜਦੋਂ ਗ੍ਰਾਮੋਫੋਨ ਰਿਕਾਰਡ ਬਣਨੇ ਬੰਦ ਹੋ ਗਏ 88 ਦੇ ਆਸ-ਪਾਸ ਉਸ ਤੋਂ ਪਹਿਲਾਂ ਮੈਂ ਇਕੱਠੇ ਕਰਦਾ ਸੀ ਫਿਰ ਮੈਂ ਪਿੰਡ-ਪਿੰਡ ਜਾ ਕੇ ਔਰ ਜਿੱਥੇ-ਜਿੱਥੇ ਮੈਨੂੰ ਕੋਈ ਰਿਕਾਰਡ ਮਿਲਿਆ ਮੈਂ ਇਕੱਠੇ ਕੀਤੇ ਉਹਨਾਂ ਨੂੰ ਸਾਂਭ ਕੇ ਰੱਖਿਆ ਮੈਂ ਔਰ ਰਫੀ ਸਾਹਿਬ ਦੇ ਮਤਲਬ ਮੋਸਟਲੀ ਮੇਰੇ ਕੋਲ ਸੌਂਗਸ ਜਿਹੜੇ ਸਾਰੇ ਹੈਗੇ ਨੇ ਹਿੰਦੀ ਤਾਂ ਬਹੁਤ ਨੇ ਉਸ ਤੋਂ ਇਲਾਵਾ ਪੰਜਾਬੀ ਜੋ ਰਫੀ ਸਾਹਿਬ ਨੇ 350 ਸੌਂਗ ਆਇਆ ਫਿਲਮਾਂ ਵਾਸਤੇ ਔਰ ਨੌਨ ਫਿਲਮਾਂ ਵਾਸਤੇ ਔਰ ਉਹਦੇ ਵਿੱਚੋਂ ਮੈਨੂੰ ਮਤਲਬ 4-5 ਸੌਂਗ ਨੂੰ ਛੱਡ ਕੇ ਸਾਰੇ ਮੇਰੇ ਕੋਲ ਹੈਗੇ ਨੇ ਉਸ ਤੋਂ ਇਲਾਵਾ ਜਿਹੜੇ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਤੇ ਅਲਗੋਤਾ ਮੜ ਕੰਨੜ ਮਲਿਆਲਮ ਡੱਚ ਸਪੈਨਿਸ਼ ਜੋ ਵੀ ਰਫੀ ਸਾਹਿਬ ਨੇ ਗਾਏ ਉਹ ਵੀ ਬਹੁਤ سارے ਮੇਰੇ ਕੋਲ ਹੈਗੇ ਨੇ ਸੌਂਗ ਪਏ ਨੇ ਉਸ ਹਿੰਦੀ ਤੋਂ ਇਲਾਵਾ ਵੀ ਮੈਂ ਅਜੇ ਸੰਗੀਤ ਨੂੰ ਦੂਦੀ ਖੁਰਾਕ ਕਿਉਂ ਕਹਜਣ ਦੂਦੀ ਖੁਰਾਕ ਇਸ ਕਰਕੇ ਕਿਹਾ ਜਾਂਦਾ ਹੈ ਕਿ ਸਾਡਾ ਜਿਹੜਾ ਸਰੀਰ ਹੈ ਸਰ ਉਹ ਨਾਸ਼ਮਾਨ ਹੈ ਕਿਉਂਕਿ ਉਹਨੇ ਨਾਸ਼ ਹੋ ਜਾਣਾ ਹੈ ਉਹ ਅਸੀਂ ਥੋੜੀ ਦੇਰ ਲਈ ਇਸ ਮਨੁੱਖੀ ਚੋਲੇ ਦੇ ਵਿੱਚ ਆਇਆ ਕਿਉਂਕਿ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਇਹ ਜਿਹੜਾ ਆਤਮਾ ਜਿਹੜੀ ਉਹ ਕਈ ਚੋਲੇ ਬਦਲੇ ਨੇ 84 ਲੱਖ ਜੂਨ ਤੋਂ ਬਾਅਦ ਕਹਿੰਦੇ ਇਨਸਾਨੀ ਜਿਹੜਾ ਉਹ ਜਾਮਾ ਮਿਲਦਾ ਉਹਦਾ ਕਾਰਨ ਇਹ ਹੀ ਹੈ ਕਿ ਇਨਸਾਨ ਜਿਹੜਾ ਜਦੋਂ ਜਾਮੇ ਦੇ ਵਿੱਚ ਆਇਆ ਪਰ ਜਿਹੜੀ ਆਤਮਾ ਜਿਹੜੀ ਹੈ ਉਹ ਤਾਂ ਕਈ ਸਾਲਾਂ ਤੋਂ ਜਿਹੜਾ ਉਹ ਸ਼ਾਂਤੀ ਵਾਸਤੇ ਉਹ ਪਟਕ ਰਹੀ ਹੈ ਔਰ ਸੰਗੀਤਿਕ ਮੈਡੀਟੇਸ਼ਨ ਹੈ ਮੈਡੀਟੇਸ਼ਨ ਕੀ ਅਸੀਂ ਕਰਦੇ ਹਾਂ ਕਿ ਅਸੀਂ ਜਦੋਂ ਅਸੀਂ ਇਕਾਗਰ ਕਰਦੇ ਹਾਂ ਕਿਸੇ ਚੀਜ਼ ਨਾਲ ਜੁੜਦੇ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਸਾਨੂੰ ਅੰਦਰੋਂ ਸ਼ਾਂਤੀ ਮਿਲਦੀ ਹੈ। ਔਰ ਸਰੀਰ ਦੀ ਅ ਅ ਜ਼ਰੂਰਤ ਜਿਹੜੀ ਉਹ ਭੋਜਨ ਨੇ ਇਹ ਖਾਣ ਪੀਣ ਵਾਲੀਆਂ ਖਾਦੇ ਪ੍ਰਦਾਰਥ ਨੇ। ਪਰ ਰੂਹ ਜਿਹੜੀ ਆਤਮਾ ਹੈ ਉਹਦੀ ਜਿਹੜੀ ਇਹ ਖੁਰਾਕ ਜਿਹੜੀ ਹੈ ਉਹਦੀ ਉਹ ਹੀ ਹੈ ਕਿ ਉਹਨੂੰ ਜਿੱਦ ਦਿਨ ਉਹਨੂੰ ਉਹਦਾ ਮਨ ਜਿਹੜਾ ਇਕਾਗਰ ਹੋਏ ਕੀ ਲਿਆ ਜਾਏ। ਉਹ ਸੁਰ ਹੀ ਐਸਾ ਜਿਹੜਾ ਜਿਹੜਾ ਆਪਣੇ ਆਪ ਚੋਂ ਉਕੀਲ ਸਕਦਾ ਤੁਸੀਂ ਦੇਖੋ ਸਭ ਕਿਦਾਂ ਬੇਨਤੀ ਕੀ ਲਿਆ ਜਾਂਦਾ ਹੈ। ਪੰਛੀ ਜਿਹੜੇ ਪੌਦੇ ਉਹਨਾਂ ਤੇ ਵੀ ਅਸਰ ਹੁੰਦਾ ਸੰਗੀਤ ਦਾ ਤੇ ਇਨਸਾਨ ਤੇ ਵੈਸੀ ਹੀ ਫਿਰ ਉਹਦੇ ਵਿੱਚ ਇਹ ਹੈ ਹੀ ਹੈ ਸ਼ੁਰੂ ਤੋਂ ਇਹ ਹੈ ਤਤ ਹੈਗਾ ਤੇ ਉਹ ਨੇਚਰਲੀ ਇਸ ਕਰਕੇ ਖੜਾ ਕਿਹਾ ਜਾਂਦਾ ਹੈ ਤੁਹਾਡੀ ਆਵਾਜ਼ ਬਹੁਤ ਸੁਰੀਲੀ ਹੈ ਮਿੱਠੀ ਹੈ ਤੇ ਤੁਸੀਂ ਕਦੀ ਇਹਨੂੰ ਸੋਚਿਆ ਨਹੀਂ ਵੀ ਪ੍ਰੋਫੈਸ਼ਨ ਬਣਾ ਮੈਂ ਸਰ ਪ੍ਰੋਫੈਸ਼ਨ ਐਕਚੁਅਲੀ ਮੇਰੇ ਸ਼ੁਰੂ ਚ ਮੇਰੇ ਫਾਦਰ ਸਾਹਿਬ ਮੈਂ ਜੋ ਪ੍ਰੋਫੈਸ਼ਨ ਬਣਾਣਾ ਚਾਹੁੰਦਾ ਸੀ ਤੇ ਉਹ ਕਹਿੰਦੇ ਸੀ ਕਿ ਤੂੰ ਇਹਨੂੰ ਪ੍ਰੋਫੈਸ਼ਨ ਨਾ ਬਣਾ ਪੈਸ਼ਨ ਬਣਾ ਕਾਰਣੇ ਕੀ ਇਹਦੇ ਵਿੱਚ ਜਦੋਂ ਪ੍ਰੋਫੈਸ਼ਨਲੀ ਆ ਜਾਓਗੇ ਤੇ ਫਿਰ ਬਹੁਤ ਸਾਰੀਆਂ ਦਿੱਕਤਾਂ ਆਉਣਗੀਆਂ ਕਿਉਂਕਿ ਰੋਜ਼ਗਾਰ ਦੀ ਦਿੱਕਤ ਏ ਜਿਆਦਾ ਸਕੋਪ ਜਿਹੜਾ ਉਹ ਸਕਸਫੁਲ ਰੇਟ ਜਿਹੜਾ ਬੜਾ ਘੱਟ ਏ ਕੋਈ ਕੋਈ ਕਾਮਯਾਬ ਹੁੰਦਾ ਤੇ ਫਿਰ ਮੈਂ ਕਿਤੇ ਵਜੂ ਮੈਂ ਇੰਜੀਨੀਅਰ ਹਾਂ ਪਰ ਮੇਰਾ ਪੈਸ਼ਨ ਜਿਹੜਾ ਸ਼ੁਰੂ ਹੋ ਰਿਹਾ ਮੈਂ ਸਿੱਖਿਆ ਔਰ ਉਦੋਂ ਤੋਂ ਹੀ ਮੈਂ ਇੰਕਾਰਿਆ ਮੈਂ ਟੀਵੀ ਤੇ ਵੀ ਸਾਰੇ ਜਗ੍ਹਾ ਕਰਿਆ ਕੰਮ ਵੀ ਕਰਿਆ ਪਰ ਇਹਨੂੰ ਮੈਂ profession ਨਹੀਂ ਬਣਾਇਆ कोरोना काल ਤੋਂ ਪਹਿਲਾਂ ਵੀ ਫੇਸਬੁੱਕ ਲਾਈਵ ਹੁੰਦੇ ਸੀ ਜਾਂ করোনা ਕਾਲ ਵਿੱਚ ਹੀ ਫੇਸਬੁੱਕ ਲਾਈਵ ਹੋਣਾ ਸ਼ੁਰੂ ਕੀਤਾ ਨਹੀਂ ਪਹਿਲਾਂ ਬਹੁਤ ਕਦੀ-ਕਦੀ ਕਿਤੇ ਹੁੰਦਾ ਸੀ ਪਹਿਲਾਂ ਜ਼ਿਆਦਾ ਦੂਰਦਰਸ਼ਨ ਤੇ ਬਹੁਤ ਗਾਇ ਹੋਰ ਦੂਸਰੇ ਚੈਨਲਾਂ ਤੇ ਜਾਂ ਸਟੇਜ ਸ਼ੋਜ਼ ਵਗੈਰਾ ਕਰਦੇ ਸੀ ਪਰ ਮਤਲਬ 99% ਜਿਹੜਾ ਮੇਰਾ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਜਿਹੜਾ ਮੈਂ ਕੀਤਾ ਉਹ ਲਾਕਡਾਊਨ ਤੋਂ ਬਾਅਦ ਹੀ ਮੈਂ ਫੇਸਬੁੱਕ ਜਾਂ WhatsApp ਤੇ ਮੈਂ ਕਿੰਨਾ ਕੁ ਵੱਡਾ ਹੁੰਗਾਰਾ ਮਿਲਿਆ ਔਰ ਜਦੋਂ ਕੋਈ ਸੈਲੀਬ੍ਰਿਟੀ ਤੁਹਾਨੂੰ ਫੇਸਬੁੱਕ ਤੇ ਕਮੈਂਟ ਕਰਦਾ ਤੇ ਉਦੋਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬੜਾ ਅੱਛਾ ਲੱਗਦਾ ਹੈ ਕਿਉਂਕਿ ਮੈਂ ਇਹ ਸੋਚਿਆ ਸੀ ਕਿ ਜੋ ਮੈਂ ਸੇਵਾ ਸਮਝ ਕੇ ਮੈਂ ਸ਼ੁਰੂ ਕੀਤਾ ਸੀ। ਔਰ ਕਈ ਵਾਰ ਹੁੰਦਾ ਹੈ ਕਿ ਅਸੀਂ ਸੇਵਾ ਸਮਝ ਕੇ ਕੋਈ ਕੰਮ ਕਰਦੇ ਆਂ ਤੇ ਫਾਲੀ ਦੀ ਅੱਛਾ ਨਹੀਂ ਨਹੀਂ ਕਰਦੇ। ਉਤੇ ਅਨਸੈਂਟਰਲੀ ਜਦੋਂ ਸਾਨੂੰ ਕੋਈ ਦਾ ਫਲ ਮਿਲਦਾ ਹੈ ਤੇ ਬੜਾ ਅੱਛਾ ਲੱਗਦਾ ਹੈ ਬਹੁਤ ਜ਼ਿਆਦਾ ਵਧੀਆ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਜੁੜਦੇ ਨੇ ਉਹਨਾਂ ਨੂੰ ਅੱਛਾ ਲੱਗਦਾ ਹੈ ਤੇ ਉਹ ਫੋਨ ਵੀ ਕਰਦੇ ਨੇ, ਕਮੈਂਟਸ ਵੀ ਕਰਦੇ ਨੇ। ਔਰ ਮੈਨੂੰ ਬਹੁਤ ਅੱਛਾ ਲੱਗਦਾ ਕਿ ਚਲੋ ਮੈਂ ਇਹ ਸੇਵਾ ਸਮਝ ਕੇ ਕੀਤਾ। ਪਰ ਕਿਹ ਤੇ ਨਾ ਕਿ ਇਹ ਜਿਹੜਾ ਮੇਰਾ ਇਹ ਕੰਮ ਨੂੰ ਸਰਾਣਾ ਹੋ ਰਹੀ ਹੈ ਮੈਨੂੰ ਸਰਾਇਆ ਜਾ ਰਿਹਾ ਹੈ ਮੇਰੇ ਕੰਮ ਨੂੰ ਔਰ ਬੜਾ ਅੰਦਰੋਂ ਮਨ ਖੁਸ਼ ਹੁੰਦਾ ਹੈ ਅਜੇ ਵੀ ਕਰੋਨਾ ਦਾ ਖਤਰਾ ਟਲਿਆ ਨਹੀਂ ਹੈ ਤੇ ਕੀ ਇਹ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਹੈ ਇਹ ਹਜੇ ਵੀ ਜਾਰੀ ਰਹੇਗੀ ਜੀ ਹਾਂ ਮੈਂ ਇਹ ਮੇਰੀ ਕੋਸ਼ਿਸ਼ ਇਹੀ ਹੈ ਕਿ ਬੰਦ ਨਹੀਂ ਹੋਏਗੀ ਕਰੋਨਾ ਦੇ ਨਾਰਮਲ ਹੋਣ ਤੋਂ ਬਾਅਦ ਵੀ ਮੈਂ ਇਹਨੂੰ ਮੈਂ ਕੰਟੀਨਿਊ ਰੱਖਾਂਗਾ ਕਿਉਂਕਿ ਹੁਣ ਇੰਨੇ ਸਾਰੇ ਦਰਸ਼ਕ ਨਾਲ ਜੁੜ ਗਏ ਨੇ ਕਿ ਮੈਂ ਚਾਹਾਂ ਮਈ ਤੇ ਮੈਂ ਇਹਨੂੰ ਬੰਦ ਨਹੀਂ ਕਰ ਸਕਦਾ ਕਿਉਂਕਿ ਮੈਂ ਜਦੋਂ ਕਈ ਵਾਰੀ ਕਿਸੇ ਆਫਿਸ ਦੇ ਕੰਮ ਕਰਕੇ ਜਾਂ ਕੁਝ ਲੇਟ ਹੋਣ ਕਰਕੇ ਮੈਂ ਥੋੜਾ ਜਿਹਾ ਤੇ ਉਸੇ ਵੇਲੇ ਫੋਨ ਆਲੇ ਸ਼ੁਰੂ ਹੋ ਜਾਂਦੇ ਨੇ ਦੂਸਰੇ ਕੰਟਰੀ ਜਤੋਂ ਵੀ ਕਿ ਲਾਈਵ ਹੋਏ ਨਹੀਂ ਕੀ ਗੱਲ ਹੈ ਕਦੋਂ ਹੋਣਾ ਤੇ ਇਸ ਕਰਕੇ ਫਿਰ ਮੈਨੂੰ ਵੀ ਇੱਕ ਮੇਰੀ ਵੀ ਇੱਕ ਰਿਸਪੋਨਸੀਬਿਲਟੀ ਜ਼ਿੰਮੇਵਾਰੀ ਬਣ ਗਈ ਹੈ ਕਿ ਜਿਹੜੇ ਦਰਸ਼ਕ ਇਹਨੇ ਨਾਲ ਜੁੜੇ ਨੇ ਉਹਨਾਂ ਮੈਂ ਨਿਰਾਸ਼ ਨਾ ਕਰਾਂ ਮੇਰੀ ਕੋਸ਼ਿਸ਼ ਹੈ ਕਿ ਕਦੀ سلسلہ ਬੰਦ ਨਾ ਹੋਵੇ ਆਪਣੇ ਮਨ ਮਰਮਾਫੇ ਗੀਤ ਗਾਉਂਦੇ ਹੋ ਜਾਂ ਦਰਸ਼ਕਾਂ ਦੀ ਵੀ ਕੋਈ ਚੁਆਇਸ ਹੁੰਦੀ ਹੈ ਉਹਨਾਂ ਦੇ ਵੀ ਮਨਮਾਫੇ ਗੀਤ ਗਾਉਂਦੇ ਜੀ ਮੈਨੂੰ ਇਸ ਤਰ੍ਹਾਂ ਹੁੰਦਾ ਜੀ ਮੈਂ ਆਪਣੀ ਮਰਜ਼ੀ ਨਾਲ ਕੁਝ ਗੀਤ ਚੁਣਦਾ لیکن ਜਦੋਂ ਉਹ ਅੱਛਾ ਪਰਫਾਰਮ ਹੁੰਦਾ ਤੇ ਉਹਦੇ ਵਿੱਚੋਂ ਹੀ ਉਹਨਾਂ ਗੀਤਾਂ ਦੀ ਦੁਬਾਰਾ ਫਰਮਾਇਸ਼ ਦਰਸ਼ਕ ਕਰਦੇ ਨੇ। ਔਰ ਉਹਦੇ 'ਚ ਹੁੰਦਾ ਇਸ ਤਰ੍ਹਾਂ ਕਿ ਕਈ ਵਾਰੀ ਮੈਂ ਇਨਸਟੈਂਟ ਨਹੀਂ ਸੁਣਾ ਸਕਦਾ ਜੀ ਜਿਸ ਤਰ੍ਹਾਂ ਮੈਂ ਕੀ ਕਰਦਾ ਕਿ 5 5 ਤੋਂ 7 ਮੈਂ ਸਰ ਗੀਤ ਲੈਣਾ ਰੋਜ਼। ਤੇ 5 ਗੀਤ ਗਾਣ ਵਾਸਤੇ ਉਹਦੇ ਪਿੱਛੇ 4-5 ਘੰਟੇ ਦੀ ਮਿਹਨਤ ਹੈ। ਪਹਿਲਾਂ ਜਿਹੜੇ ਗੀਤ ਮੈਂ ਪਲਾਨ ਕਰਨਾ ਇਹ ਗੀਤਾਂ 'ਚ ਲੈਣੇ ਨੇ। ਉਸ ਤੋਂ ਬਾਅਦ ਫਿਰ ਉਹਨਾਂ ਦੇ ਮੈਂ ਟਰੈਕ ਜਿਹੜੇ ਲੱਭਣੇ ਨੇ। ਉਹਨਾਂ ਦੇ ਜਿਹੜੇ ਸਕੇਲ ਨੋਟ ਕਰਨੇ ਨੇ। ਉਹਨਾਂ ਦੀ ਡਿਸਕ੍ਰਿਪਸ਼ਨ ਦੇਖਣੀ ਗਾਣਿਆਂ ਦੀ। ਫਿਰ ਉਹਨਾਂ ਨੂੰ ਸੀਕੁਐਂਸ ਦੇਣਾ ਫਿਰ ਉਹ ਕੱਲੇ-ਕੱਲੇ ਗਾਣੇ ਦੀ 2-2 3-3 ਵਾਰੀ ਪ੍ਰੈਕਟਿਸ ਕਰਨੀ ਹੈ। ਔਰ ਉਹ ਇੰਨਾ ਲੰਮਾ ਕੰਮ ਹੁੰਦਾ ਹੈ ਕਿ ਜੇ ਮੈਨੂੰ ਕੋਈ ਦਰਸ਼ਕ ਉਸੇ ਵੇਲੇ ਕਹਿੰਦਾ ਕਿ ਫਲਾਣਾ ਗਾਣਾ ਸੁਣਾਓ ਤੇ ਉਹਦੇ ਵਿੱਚ ਕਈ ਵਾਰੀ ਸਾਨੂੰ ਨਾ ਟਰੈਕ ਦਾ ਲੈਵਲ ਵੀ ਦੇਖਣਾ ਪੈਂਦਾ ਹੈ। ਕਿਉਂਕਿ ਇੰਨਾ ਐਡਵਾਂਸ ਨਹੀਂ ਸਿਸਟਮ ਕਿ ਅਸੀਂ ਉਹਦਾ ਜਿਹੜਾ ਲੈਵਲ ਕਿਉਂਕਿ ਹਰ ਟਰੈਕ ਦਾ ਲੈਵਲ ਜਿਹੜਾ ਨਾ ਉਹ ਸਾਊਂਡ ਲੈਵਲ ਅਲੱਗ-ਅਲੱਗ ਹੁੰਦਾ ਹੈ। ਉਹਨੂੰ ਉਹਨੂੰ ਨੋਟ ਵੀ ਕਰਨਾ ਪੈਂਦਾ ਕਿਹੜੇ ਲੈਵਲ ਦਾ ਕਿੰਨਾ ਅਸੀਂ ਲੈਵਲ ਰੱਖਣਾ ਹੈ ਕਿ ਜਿਹੜਾ ਸਾਡੀ ਆਵਾਜ਼ ਬੈਲੈਂਸ ਰਹੇ। ਕਵਾਲਿਟੀ ਸਾਊਂਡ ਕੁਆਲਿਟੀ ਵੀ ਜਿਹੜੀ ਹੈ ਦਰਸ਼ਕਾਂ ਨੂੰ ਉਹ ਮਤਲਬ ਵਧੀਆ ਮਿਲੇ ਤੇ ਉਹਦੇ ਵਾਸਤੇ ਕੀ ਹੁੰਦਾ ਜੀ ਉਸੇ ਵੇਲੇ ਜੇ ਕੋਈ ਫਰਮਾਇਸ਼ ਆਂਦੀ ਹੈ ਸੁਣਾਈਏ ਤੇ ਉਹ ਫਿਰ ਪਰਫਾਰਮੈਂਸ ਜਿਹੜੀ ਉਹ ਇਫੈਕਟ ਕਰਦੀ ਉਹਦੇ ਤੇ ਅਸਰ ਪੈਂਦਾ ਜੀ ਉਹ ਫਿਰ ਜਿਹੜੀ ਉਹ ਇੰਨਾ ਵਧੀਆ ਨਹੀਂ ਹੋ ਸਕਦਾ ਮੈਂ ਕੀ ਕਰਦਾ ਕਿ ਮੈਂ ਜਦੋਂ ਕਿਸੇ ਦਰਸ਼ਕ ਦੀ ਫਰਮਾਇਸ਼ ਆਉਂਦੀ ਹੈ ਤਾਂ ਉਹਨਾਂ ਨੂੰ ਮੈਂ ਕਹਿੰਨਾ ਕਿ ਮੈਂ ਤੁਹਾਡੀ ਜਲਦੀ ਪੂਰੀ ਕਰਾਂਗਾ ਫਿਰ ਜਦੋਂ 4-5 ਦਿਨ ਗੀਤ ਜਮ੍ਹਾਂ ਹੋ ਜਾਂਦੇ ਨੇ ਉਹ 4-5 ਦਿਨ ਬਾਅਦ ਫਿਰ ਮੈਂ ਉਹਨਾਂ ਨੂੰ ਮੈਂ ਇਕੱਠਾ ਤਿਆਰ ਕਰਕੇ ਉਹਨਾਂ ਨੂੰ ਫਰਮਾਇਸ਼ ਪੂਰੀ ਕਰਦਾ ਯਾਨੀ ਕਿ ਰੋਜ਼ ਮੈਂ ਦੋ ਤੋ ਤਿੰਨ ਗਾਣੇ ਜਿਹੜੇ ਮੇਰੇ ਫਰਮਾਇਸ਼ ਹੁੰਦੇ ਆ ਜਿਹੜੇ ਵਿੱਚ ਕੋਈ ਰਿਪੀਟ ਕੁਝ ਨਵੇਂ ਗਾਣੇ ਲੈਣਾ ਫੈਮਿਲੀ ਦੀ ਕਿੰਨੀ ਵੱਡੀ سپورਟ ਜਿਹੜੀ ਤੁਹਾਨੂੰ ਰਹੀ ਹੈ ਫੈਮਿਲੀ ਦੀ ਬਹੁਤ سپورਟ ਰਹੀ ਹੈ ਜੀ ਪਹਿਲੋਂ ਮੈਂ ਦੱਸਿਆ ਮੇਰੇ ਫਾਦਰ ਸਾਹਿਬ ਸੀ ਉਸ ਤੋਂ ਬਾਅਦ ਮੇਰੀ ਵਾਈਫ ਹੈ ਔਰ ਜਦੋਂ ਮੈਂ ਕਲਾਸਿਕਲ ਵਲ ਨੂੰ ਸੀ ਉਦੋਂ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਕਿ ਮੈਨੂੰ ਮਤਲਬ ਲਾਈਟ ਵਲ ਵੀ ਆਣਾ ਚਾਹੀਦਾ ਕਿਉਂਕਿ ਇਹ ਯੋਗ ਹੈਗਾ ਕਿ ਤੁਹਾਨੂੰ ਇਦਾਂ ਬੁਫੇ ਮੈਂ ਲਾਈਟ ਵੱਲ ਉਹਨਾਂ ਨੇ ਮੈਨੂੰ ਬਹੁਤ ਮਤਲਬ ਤੱਕੇ ਨਾਲ ਹੀ ਸਮਝ ਲਓ ਕਿ ਜ਼ਬਰਦਸਤੀ ਉਹਨਾਂ ਨੇ ਮੈਨੂੰ ਫੋਰਸ ਕਰ ਕਰਕੇ ਇਸ ਬੰਨੇ ਲਿਆਂਦਾ ਔਰ ਫਿਰ ਹੁਣ ਜਦੋਂ ਮੈਂ ਕਿ ਹੁਣ ਫੇਸਬੁੱਕ ਤੇ ਵੀ ਚਾਹੁੰਦਾ ਸੋਸ਼ਲ ਮੀਡੀਆ ਤੇ ਲਾਈਵ ਹੋਣਾ ਉਹ ਕਈ ਵਾਰ ਐਸਾ ਸਮਾਂ ਆਇਆ ਕਿ ਮੇਰੀ ਜਿੰਦਾ ਸਿਹਤ ਠੀਕ ਨਹੀਂ ਹੈ ਵਿੱਚ ਕਈ ਵਾਰੀ ਬਿਮਾਰ ਥੋੜਾ ਹੋਇਆ ਤੇ ਮੇਰਾ ਮਨ ਕੀਤਾ ਕਿ ਅੱਜ ਮੈਂ ਬ੍ਰੇਕ ਦੇ ਦੇਣਾ ਪਰ ਉਹਨਾਂ ਕਿਹਾ ਕਿ ਨਹੀਂ ਬੇਟੀ ਨੇ ਵੀ ਬੇਟੇ ਨੇ ਵੀ ਕਿ ਨਹੀਂ ਤੁਸੀਂ ਭਾਵੇਂ ਇੱਕ ਗਾਣਾ ਗਾਓ ਤੁਸੀਂ ਲਾਈਵ ਜ਼ਰੂਰ ਹੋਣਾ ਬ੍ਰੇਕ ਨਹੀਂ ਦੇਣੀ ਤੇ ਉਹ ਮੈਂ ਜਦੋਂ ਆਫਿਸ ਤੋਂ ਆਣਾ ਕਈ ਵਾਰੀ ਇਹ ਸਿਚੁਏਸ਼ਨ ਹੁੰਦੀ ਹੈ ਕਿ ਮੈਂ ਘਰ ਪਹੁੰਚਦਾ 7:30 ਵਜੇ ਆ ਜੀ ਔਰ 8:00 ਵਜੇ ਲਾਈਵ ਹੋਣਾ ਹੁੰਦਾ ਮੈਂ ਜਲਦੀ ਜਲਦੀ ਨਹਾ ਕੇ ਮੈਂ ਤੇ ਤਿਆਰ ਹੋ ਕੇ ਤੇ ਸਿੱਧਾ ਆ ਜਾਣਾ ਤੇ ਮੇਰੀ ਆਉਂਦਿਆਂ ਨੂੰ ਰੂਮ ਦੀ ਤਿਆਰੀ ਪੂਰਾ ਸਾਊਂਡ ਸਿਸਟਮ ਰੈਡੀ ਬੈਟ ਨੇ ਕੀਤਾ ਹੁੰਦਾ ਹੈ ਵਾਈਫ ਨੇ ਵੀ ਕੱਪੜੇ ਵਗੈਰਾ ਮੇਰੇ ਸਾਰੇ ਰੈਡੀ ਕੀਤੇ ਹੁੰਦੇ ਨੇ ਤੇ ਬਹੁਤ ਸਪੋਰਟ ਹੈ ਬਹੁਤ ਫੈਮਿਲੀ ਵੱਲੋਂ ਸਪੋਰਟ ਹੈ ਕਰੋਨਾ ਕਾਲ ਵਿੱਚ ਕਾਫੀ ਸਾਰੇ ਲੋਕ ਮਯੂਸ ਰਹੇ ਨੇ ਉਹਨਾਂ ਨੂੰ ਕੀ ਖਾਸ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਮੈਂ ਸਰ ਸਾਰੀ ਜਿਹੜੀ ਪਬਲਿਕ ਜਿਹੜੀ ਘਰਾਂ ਚ ਬੈਠੀ ਹੈ ਔਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ ਇੱਕ ਮਹਾਮਾਰੀ ਜਿਹੜੀ ਹੈ ਉਹ ਸਾਰਾ ਹੀ ਪੂਰਾ ਸੰਸਾਰ ਇਹਦੇ ਤੋਂ ਗੁਜ਼ਰ ਰਿਹਾ ਹੈ ਔਰ ਅਸੀਂ ਇਹਦਾ ਡਟ ਕੇ ਮੁਕਾਬਲਾ ਕਰਨਾ ਹੈ ਜਿਹੜੀ ਪ੍ਰੀਕਾਸ਼ਨਸ ਜਿਹੜੀਆਂ ਸਾਨੂੰ ਜੜੀਆਂ ਵੀ ਸਾਡੀ ਸਰਕਾਰ ਜੜੀ ਵੀ ਦਿੰਦੀ ਹੈ ਉਹਦੇ ਤੇ ਅਮਲ ਕਰਨਾ ਚਾਹੀਦਾ ਸਾਨੂੰ ਮਾਸਕ ਪਹਿਨਣਾ ਚਾਹੀਦਾ ਹੈ ਸੋਸ਼ਲ ਡਿਸਟੈਂਸਿੰਗ ਔਰ ਜੇ ਜ਼ਰੂਰਤ ਨਹੀਂ ਤੇ ਪੈਂਦੀ ਤੇ ਘਰੋਂ ਅਸੀਂ ਬਾਹਰ ਸਾਨੂੰ ਨਹੀਂ ਨਿਕਲਣਾ ਚਾਹੀਦਾ ਉਸ ਤੋਂ ਇਲਾਵਾ ਆਪਣੇ ਫੈਮਿਲੀ ਦੇ ਵਿੱਚ ਜੀਵਨ ਦੇ ਵਿੱਚ ਰਹਿ ਕੇ ਇਹਨੂੰ ਇਹਨੂੰ ਇੰਜੋਏ ਵੀ ਕਰਨਾ ਚਾਹੀਦਾ ਕਿਉਂਕਿ ਅਸੀਂ ਬਹੁਤ ਸਾਲਾਂ ਤੋਂ ਅਸੀਂ ਪਰਿਵਾਰਾਂ ਦੇ ਨਾਲ ਟੁੱਟੇ ਸੀ ਅਸੀਂ ਆਪਣੇ ਆਪਣੇ ਕੰਮਾਂ 'ਚ ਲੱਗੇ ਸੀ ਸੋਸ਼ਲ ਮੀਡੀਆ ਤੇ ਔਰ ਜ਼ਿਆਦਾਤਰ ਦੇਖਿਆ ਜਾਂਦਾ ਕਿ ਇੱਕ ਹੀ ਪਰਿਵਾਰ ਦੇ ਵਿੱਚ ਚਾਰ ਮੈਂਬਰ ਨੇ ਚਾਰੇ ਆਪਣੇ ਆਪਣੇ ਮੋਬਾਈਲ ਤੇ ਲੱਗੇ ਆ ਔਰ ਸਾਡੇ ਕੋਲ ਇੱਕ ਬਹੁਤ ਅੱਛਾ ਇਹ ਸਮਾਂ ਆ ਕਿ ਅਸੀਂ ਪਰਿਵਾਰ ਦੇ ਨਾਲ ਜੁੜੀਏ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਨਾਲ ਅਸੀਂ ਕੋਈ ਗੇਮ ਖੇਡੀਏ ਔਰ ਉਹਨਾਂ ਨਾਲ ਹੱਸ-ਹੱਸ ਹੱਸਮਝਾ ਕਰੀਏ ਅੱਛਾ ਲਿਟਰੇਚਰ ਪੜ੍ਹੀਏ ਅੱਛਾ ਜੜਾ ਮਿਊਜ਼ਿਕ ਸੁਣੀਏ ਔਰ ਇਹਦੇ ਨਾਲ ਅਸੀਂ ਇਹ ਮਹਾਮਾਰੀ ਜਿਹੜੀ ਇਹਨੂੰ ਮੁਕਾਬਲਾ ਵੀ ਕਰ ਸਕਦੇ ਹਾਂ ਔਰ ਆਪਣਾ ਸਮਾਂ ਵੀ ਇਸ ਤਰ੍ਹਾਂ ਦਾ ਬਤੀਤ ਕਰ ਸਕਦੇ ਕਿ ਸਾਨੂੰ ਕੋਈ ਸਾਡੇ ਵਿੱਚ ਕੋਈ 네ਗੇਟਿਵ ਕੋਈ ਥਿੰਕਿੰਗ ਨਾ ਆਏ। ਅੱਛਾ ਰਵੀ ਸਾਹਿਬ ਦੇ ਕੁਝ ਚੰਦ ਗੀਤਾਂ ਦੇ ਲੈਣਾ ਗੁਰੂ ਨਾਨਕ ਜੀ। ਹਮ ਜਿਸ ਤਰ੍ਹਾਂ ਇੱਕ ਹਨ ਹੈ ਜੀ ਜਵਾਨ ਮੁਹੱਬਤ ਫਿਲਮ ਦਾ। ਹਮ जब मोहब्बत जवान होती है हर अदा एक जबान होती है तुम जहाँ प्यार से कदम रख दो वो जमीआस आसमान ਉਹਤੀ ਹੈ ਜੀ ਮੈਂ ਬਣੀ ਜੀ ਤਾਂ ਇਹ ਹਨ ਰਾਜੇਸ਼ ਭਗਤ ਜਿਹੜੇ ਕਿ ਮੁਹੰਮਦ ਰਫੀ ਦੇ دیਵਾਨੇ ਨੇ ਔਰ ਇਹਨਾਂ ਨੇ ਫੇਸਬੁੱਕ ਤੇ ਪਿਛਲੇ 4 ਮਹੀਨੇ ਤੋਂ ਲਾਈਵ ਹੋ ਕੇ ਲੋਕਾਂ ਤੱਕ ਪਹੁੰਚ ਕੀਤੀ ਹੈ ਆਪਣੇ ਗੀਤਾਂ ਨਾਲ ਹੀ ਮਯੂਸ ਲੋਕਾਂ ਨੂੰ ਮੁਰਤੋਂ ਨਵੀਂ ਰਾਹ ਖਾਂਦੀ ਕੋਸ਼ਿਸ਼ ਕੀਤੀ ਹੈ ਔਰ ਇਹਨਾਂ ਨੇ ਇਹ ਹੀ ਆਖਿਆ ਵੀ ਹੁਣ ਆਮਲੇ ਸਮੇਂ ਅੰਤਰਵੀ ਇਹ ਫੇਸਬੁਕ ਤੇ ਲਾਈਵ ਹੁੰਦੇ ਰਹਿਣਗੇ ਕੈਮਰਮਨ ਮੁਕੇਸ਼ ਬਾਬਾ ਨਾ ਸਿਕੰਦਰਪੁਰ ਸਿੱਛਾ ਡੈਨਿਕ ਸਪੀਰਾ ਟੀਵੀ ਅੰਮ੍ਰਿਤਸਰ चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एन्ना छोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री 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 मियां रफीक मोहम्मद मोबाइल 8437494647 8437494648 ਸਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ